अस्सलामुअलैकुम अमानियात, इस खुशामदीद पे मैं आतारी होस्ट नायाब फायजा। पिछले शो द फीडबैक वे के असी एक गल रियलाइज की थी है कि फैमिली का होना किन्ना मैटर करता है। ये नया फ्लेवर जिदे विच असी अमानुल्ला साहब की फैमिली नू शो विच लेकर आए थे, वीडियो क्लिप चलाए ने, बड़ा ही सानू मज़ा आया है। तो असी एक फैसला किया है कि हर एपीसोड दे विच अमानुल्ला साहब का कोई ना कोई दोस्त, कोई ना कोई फैमिली मैंबर या कोई ना कोई चाहन आला या चाहन वाली असी शो दे विच जरूर शामिल करांगे। ऐसे गल नाल शो दा आगाज करने आ ते अज एक बारी फिर अमानुल्ला साहब दी फैमिली नू शो विच वेलकम करने आ। अस्सलामु अलैकुम जी। वालेकुम अस्सलाम। ते बाकी सारे नू भी सलाम अलैकुम जी। वालेकुम अस्सलाम। असीं भी फैमिली समझ के अपने आप नू वालेकुम सलाम किया सी। बेशक ए सिर्फ एक घर च रहंदे सन उहनां दे नाल, अदरवाइज साडे तो बहुते फैमिली मेंबर नहीं हैगे। ज्यादा टाइम ते साडे नाल गुजरदा हुंदा सी। इवन के डॉक्टर साहिबा भी उस फैमिली दा हिस्सा ने। सर शो तो पहले रूबा मैनू कह रही सी कि उहनां नू इह मौका नहीं मिलिया कि इमानुल्ला साहब दे नाल उह टाइम स्पेंड कर सकन, पर उहनां दे बड़े मजेदार व्यूज ने उहनां दे बारे। की कह रहे से तुसीं? बिल्कुल उह तो पहले रूबा कह रही सी मैं मुझा नू रख लो। नहीं, मैं पहले उहनां दा प्राइवेट इवेंट्स उहनां नू वेख्या, लेकिन कम करना होर गल हुंदी है। आई थिंक लर्निंग एक लेवल ही होर सी उहनां दे। लर्निंग दे मामले दे विच उहनां ने तुहानू बहुत सिखाउणा सी। ਰੂਬਾ ਬਹਿ ਜਾ ਕਰ ਭੈੜੀਏ, ਕੀ ਹੋ ਗਿਆ, ਦੁਨੀਆ ਕੰਮ ਹੋ ਰਿਹਾ ਹੈ। ਅੱਛਾ, ਮੇਰੀ ਨਾ ਇੱਕ ਡਿਊਟੀ ਸੀ ਮਾਨੁੱਲਾ ਸਾਹਿਬ ਦੇ ਨਾਲ। ਜਦੋਂ ਵੀ ਸੈਗਮੈਂਟ ਸ਼ੁਰੂ ਹੋਣ ਲੱਗਦਾ ਸੀ ਨਾ, ਸਭ ਤੋਂ ਪਹਿਲੇ ਕੁੜੀਆਂ ਦੇ ਰਾਹ ਮੇਰਾ ਫੋਨ ਤੇ ਸਾਇਲੈਂਟ ਕਰ ਦੇ, ਐਂਡ ਫਿਰ ਮੈਨੂੰ ਜੁਰਮਾਨਾ ਪਾ ਦੇ। ਉਹ ਬੰਦ ਵੀ ਕਰਦੇ, ਸ਼ੋਅ 'ਚ ਫੋਨ ਚੱਲ ਪੈਂਦਾ ਸੀ। ਮੈਂ ਦੱਸ ਚੁੱਕਿਆ, ਹਾਂਜੀ, ਯਾਨੀ ਕੈਸਾ ਨਾਦਰ ਫੋਨ ਕਿ ਬੰਦ, ਟੋਟਲੀ ਬੰਦ ਔਰ ਆਫ ਕੀਤਾ। ਉਹ ਵਜ ਗਈ ਇਸ ਲਈ ਉਹਦਾ ਜਿਹੜਾ ਡਿਫਾਲਟ ਅਲਾਰਮ ਸੀ ਫੈਕਟਰੀ ਫਿਟਿੰਗ, ਉਹ ਐਨ ਉਸਲੇ ਚੱਲਿਆ ਜਦੋਂ ਸ਼ੋਅ ਪੀਕ ਤੇ ਸੀ, ਖਬਰਨਾਕ ਅਸੀਂ ਕਰ ਰਹੇ ਸਾਂ, ਔਰ ਕਹਿੰਦੇ ਜੀ ਜੇ ਅੱਜ ਬੋਲਿਆ ਤੇ ਮੈਂ ਨਕਦ ਜੁਰਮਾਨਾ ਅਦਾ ਕਰਨਾ। ਉਹ 3000 ਜੁਰਮਾਨਾ ਸੀ, ਓਏ ਹੋਏ, ਤੇ ਫਿਰ ਦੇਣਾ ਪਿਆ। ਤੇ ਉਹ ਕੋ ਮੇਰਾ ਖਿਆਲ ਸਾਡੇ ਕੋਈ ਕਰੋੜ ਕੁ ਰੁਪਏ ਦੇ ਮਕਰੂਜ਼ ਹੋ ਕੇ ਗਏ। ਅਸੀਂ ਇਹ ਕਲੇਮ ਨਹੀਂ ਕੀਤਾ, ਲੇਕਿਨ ਜੁਰਮਾਨੇ ਬੜੇ ਉਹਨਾਂ ਨੂੰ ਪੈਣ। ਜ਼ਰਗੂਨ ਤੁਸੀਂ ਦੱਸੋ, ਇੱਕ ਵਾਰੀ ਜੇਲ੍ਹ ਦਾ ਕੋਈ ਫੰਕਸ਼ਨ ਸੀ ਉਹਨਾਂ ਦਾ ਤੇ ਮੈਂ ਨਾਲ ਗਈ, ਤੇ ਹੁਣ ਉੱਥੇ ਕਿਸ ਤਰ੍ਹਾਂ ਪਰਫੋਰਮ ਕਰ ਰਹੇ ਨੇ, ਹੋਰ ਕੀ ਹਾਲ ਹੈ ਮੇਰੇ ਪਿਆਰੇ ਕੈਦੀਓ, ਮੇਰੇ ਮਾਸੂਮ ਚੋਰੋ, ਭੋਲੇ ਡਾਕੂਓ, ਤੁਸੀਂ ਠੀਕ ਹੋ? ਇੰਜੋਏ ਕਰ ਰਹੇ ਹੋ, ਹੱਸ ਹੱਸ ਦੋਹਰੇ ਹੋ ਰਹੇ ਨੇ। ਸਰ ਐਸੀ ਕਮਾਲ ਦੀ ਆਬਜ਼ਰਵੇਸ਼ਨ ਸੀ ਵਾਲੇ ਸਾਹਿਬ ਦੀ ਕਿ ਇੱਕ ਵਕੀਲਾਂ ਦਾ ਸ਼ੋਅ ਸੀ, ਉੱਥੇ 2-3 ਹਜ਼ਾਰ ਦਾ ਕਰਾਊਡ ਸੀ, ਤੇ ਹੁਣ ਸਟੇਜ ਤੇ ਗਏ ਨੇ, ਦੇਖ ਰਹੇ ਨੇ, ਐਨਕ ਲਗਾ ਕੇ ਦੇ ਰਹੇ, ਮਾਈਕ ਵੀ ਫੜਿਆ, ਕਹਿੰਦੇ ਬੱਲੇ ਬੱਲੇ ਵੀ ਇੰਨਾ ਇਸ ਮੁਲਕ 'ਚ ਜੁਰਮ ਨਹੀਂ ਜਿੰਨਾ ਵਕੀਲ ਹੈ। ਆਰੀਆ ਆਰਮੀ ਦਾ ਪ੍ਰੋਗਰਾਮ ਕਰਨਗੇ, ਜਨਰਲ ਕਿਆਨੀ ਸਾਹਿਬ ਔਨ ਡਿਊਟੀ ਬੈਠੇ ਸੀ, ਤੇ ਜਾ ਕੇ ਪਹਿਲੇ ਉਹਨਾਂ ਨੂੰ ਸੈਂਟਰ ਕੀਤਾ ਹੈ ਕਿਆਨੀ ਸਾਹਿਬ ਨੂੰ, ਅਤੇ 5 ਕੁ ਮਿੰਟ ਨਾ ਫੌਜ ਦੀ ਬੜੀ ਤਾਰੀਫ ਕੀਤੀ ਹੈ, ਸਾਡੇ ਮੁਹਾਫਿਜ਼ ਨੇ ਯੇ ਹੈ ਵੋ ਹੈ। ਉਸ ਤੋਂ ਬਾਅਦ ਕਹਿੰਦੇ ਜੀ ਬਚਪਨ ਤੋਂ ਸੁਣਦੇ ਆ ਰਹੇ ਸੀ ਜੀ ਮਿਆਣੀ ਸਾਹਿਬ, ਮਿਆਣੀ ਸਾਹਿਬ, ਇੱਥੇ ਆ ਕੇ ਪਤਾ ਚੱਲਿਆ ਕਿਆਨੀ ਸਾਹਿਬ ਵੀ ਨੇ। ਅੱਛਾ, ਫਿੱਕੀਆਂ ਵੀ ਕਰਦੇ ਹੁੰਦੇ ਸਨ ਵਿੱਚ, ਲੇਕਿਨ ਲੇਕਿਨ ਆਵਾਮ ਸਰ ਉਹਨਾਂ ਦੀ ਹਰ ਗੱਲ ਲੈਂਦੀ ਸੀ, ਜਿਵੇਂ ਤੇਰੀ ਹਰ ਫਿੱਕੀ ਤੇ ਅਸੀਂ ਹੱਸਣੇ, ਇੰਜੋਏ ਨਹੀਂ ਕਰਨੇ, ਇਹ ਵੀ ਇੱਕ ਮੁਹੱਬਤ ਦਾ ਅੰਦਾਜ਼ ਹੈਗਾ। ਨਹੀਂ ਜੀ, ਆਪਣਾ ਬੱਬੂ ਸਾਹਿਬ ਬੜੇ ਅੱਛੇ ਆਰਟਿਸਟ ਵੀ ਨੇ, ਗਾਉਂਦੇ ਵੀ ਨੇ, ਟੀਵੀ ਦੇ ਵੀ ਅੱਛੇ ਆਰਟਿਸਟ ਨੇ, ਥੀਏਟਰ ਦੇ ਵੀ। ਕਿਆ ਕਹਿੰਦੇ ਮਾਨ ਜੀ, ਪਤੋ ਕੀ ਦਾ ਜਾਦੂਗਰ ਹੁੰਦਾ। ਇਸੇ ਗੱਲ ਤੋਂ ਮੇਰਾ ਇੱਕ ਸਵਾਲ ਹੈ ਕਿ ਮਾਨੁੱਲਾ ਸਾਹਿਬ ਇੰਨੇ ਵੱਡੇ ਸਟੈਂਡ ਅਪ ਕਮੇਡੀਅਨ ਸਨ, ਤੁਹਾਡੇ ਵਿੱਚੋਂ ਕਿਸੇ ਨੇ ਵੀ ਕਿਉਂ ਨਹੀਂ ਫੈਸਲਾ ਕੀਤਾ ਕਿਸੇ ਕਾਮੇਡੀ ਦੀ ਲਾਈਨ ਵਿੱਚ ਆਈਏ? ਜਾਂ ਮਿਲੀਅਨ ਡਾਲਰ ਕੁਐਸਚਨ ਕਿ ਤੁਸੀਂ ਇੱਕ ਤੋਂ ਇੱਕ ਵੱਧੇ ਗਏ ਹੋ। ਸਹੀ ਗੱਲ, ਜਿਹੜਾ ਪੰਨੋ ਲਾਲ ਹੈ, ਲੇਕਿਨ ਉਹ ਕੰਮ ਕੀਤਾ ਹੀ ਨਹੀਂ ਤੁਸੀਂ। ਮੇਰਾ ਖਿਆਲ ਹੈ ਅਮਾਨੁੱਲਾ ਡਿਸਕਰੇਜ ਕਰਦਾ ਸੀ ਕਿ ਨਹੀਂ ਇਹ ਔਖਾ ਕੰਮ ਹੈ, ਤੁਸੀਂ ਪੜ੍ਹੋ ਲਿਖੋ। ਸਰ ਵਾਲਿਦ ਸਾਹਿਬ ਇਹੀ ਕਹਿੰਦਾ ਸੀ ਮੈਨੂੰ, ਮੈਂ ਉਦੋਂ ਗ੍ਰੈਜੂਏਸ਼ਨ ਕਰ ਰਿਹਾ ਸੀ ਗੌਰਮੈਂਟ ਕਾਲਜ ਤੋਂ, ਅਤੇ ਗ੍ਰੈਜੂਏਸ਼ਨ ਕੀਤੀ, ਕਹਿੰਦੇ ਯਾਰ ਤੂੰ ਅੱਛਾ ਗਾਉਂਦਾ, ਮੈਂ ਹੀ ਚਾਹਾਂਗਾ ਤੂੰ ਪ੍ਰੋਪਰ ਇਹਨੂੰ ਸਿੱਖ, ਕਲਾਸੀਕਲ ਸਿੱਖ ਔਰ ਗਾ। ਔਰ ਜੋ ਥੀਏਟਰ ਦੇ ਹਾਲਾਤ ਹੋ ਰਹੇ ਸਨ, ਅਸੀਂ ਵੀ ਦੇਖਦੇ ਹੋਏ ਨਾ ਬਸ ਪਿੱਛੇ ਹਟ ਗਏ ਕਿ ਵੀ ਹੁਣ ਤਾਂ ਥੀਏਟਰ ਇਸ ਤਰ੍ਹਾਂ ਦਾ ਹੈ ਹੀ ਨਹੀਂ ਕਿ ਕੀਤਾ ਜਾ ਸਕੇ। ਤੁਹਾਨੂੰ ਉਸ ਵੇਲੇ ਟੀ ਵੀ ਦਾ ਨਹੀਂ ਸੀ ਪਤਾ ਕਿ ਟੀ ਵੀ ਨੇ ਆ ਕੇ ਬਹੁਤ ਸਾਰੇ ਅੱਛੇ ਐਲੀਮੈਂਟਸ ਚੁੱਕ ਲੈਣੇ, ਔਰ ਸਾਰੇ ਉਹਨਾਂ ਨੇ ਆਪਣੇ ਸਟਰਗਲਸ ਵੇਖ ਕੇ ਇਹਨਾਂ ਨੂੰ ਸੈਕਿੰਡ ਲਾਈਨ ਜਿਹੜੀ ਮੇਨ ਰੱਖਣ ਦੀ। ਜਿਨ੍ਹਾਂ ਨੇ ਸਟਰਗਲ ਕੀਤੀ ਹੁੰਦੀ ਨਾ, ਉਹ ਪੂਰੀ ਕੋਸ਼ਿਸ਼ ਕਰਦੇ ਨੇ ਕਿ ਮੇਰਾ ਫਨ ਮੇਰੇ ਬੱਚਿਆਂ 'ਚ ਟ੍ਰਾਂਸਫਰ ਨਾ ਹੋਵੇ। ਮੈਡਮ ਨੂਰ ਜਹਾਂ ਬਹੁਤ ਬੜੀ ਮਿਸਾਲ, ਕਿਸ ਨੇ ਪੁੱਛਿਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਕਿਉਂ ਨਹੀਂ ਸਿਖਾਇਆ, ਤੁਹਾਨੂੰ ਮੈਂ ਕਾਹਦੇ ਲਈ ਸਿਖਾਉਂਦੀ, ਇਹ ਤਾਂ ਬੜਾ ਔਖਾ ਕੰਮ ਹੈ। ਬਿਲਕੁਲ ਬਿਲਕੁਲ। ਪਰ ਸਰ ਇਹ ਗੱਲ ਸਿਰਫ ਪਾਕਿਸਤਾਨ ਜੈਸੇ ਮੁਲਕ 'ਚ ਹੀ ਹੈ, ਬਾਹਰ ਇਸ ਤਰ੍ਹਾਂ ਨਹੀਂ ਹੁੰਦਾ। ਬਾਹਰ ਆਰਟਿਸਟ ਨੂੰ ਬੜਾ ਇਨਕਰੇਜ ਕੀਤਾ ਜਾਂਦਾ, ਸਪੈਸ਼ਲੀ ਜਦੋਂ ਕਿਸੇ ਦਾ ਬੇਟਾ ਜਾਂ ਬੇਟੀ ਹੁੰਦੇ। ਤੁਹਾਨੂੰ ਅੰਦਾਜ਼ਾ ਨਹੀਂ ਹੈਗਾ ਨਾਇਬ ਕਿ ਪਾਕਿਸਤਾਨ 'ਚ ਕਿੰਨੀ ਭਾਰੀ ਕੀਮਤ ਅਦਾ ਕਰਨੀ ਪੈਂਦੀ ਇੱਕ ਫਨਕਾਰ ਹੋਣ ਦੀ। ਬਿਲਕੁਲ ਸਹੀ ਸਰ। ਇੱਥੇ ਤੇ ਲੋਕੀ ਤੁਹਾਨੂੰ ਆਖਰੀ ਵਕਤ ਤੱਕ ਬਖਸ਼ਦੇ ਨਹੀਂ ਨੇ। ਅਕਸਰੀਅਤ ਮੁਨਾਫਕਾਂ ਦੀ ਹੈ ਨਾ, ਮਾਸ਼ਰੇ ਦਾ ਹਾਲ ਦੇਖ ਲਓ ਕੀ ਹੈਗਾ, ਕਿ ਉਹ ਤੁਹਾਡੇ ਐਂਟਰਟੇਨਰ ਨੇ, ਉਹ ਤੁਹਾਨੂੰ ਖੁਸ਼ ਕਰਦੇ ਨੇ, ਤੁਹਾਡੇ ਚਿਹਰੇ ਤੇ ਮੁਸਕਰਾਹਟਾਂ, ਤੁਹਾਡਾ ਇੱਕ ਅੱਛਾ ਟਾਈਮ ਗੁਜ਼ਰਦਾ ਕਿਸੇ ਦੀ ਸਿੰਫਨੀ ਸੁਣ ਕੇ, ਕਿਸੇ ਦੀ ਕੰਪੋਜੀਸ਼ਨ, ਕਿਸੇ ਦੀ ਅਦਾਕਾਰੀ, ਕਿਸੇ ਦੀ ਪਰਫਾਰਮੈਂਸ।
लेकिन ਤੁਸੀਂ ਉਹਨਾਂ ਨੂੰ ਉਹ ਸਟੇਟਸ ਨਹੀਂ ਦਿੰਦੇ ਨਹੀਂ ਦਿੰਦੇ ਇਸ ਤੋਂ ਤੰਗ ਆ ਕੇ ਕਹਿੰਦੇ ਯਾਰ ਮੈਂ ਇੰਨਾ ਤਰੱਦਦ ਕਰਨ ਤੋਂ ਬਾਅਦ ਵੀ ਰਵਾਂਗਾ ਉਹੀ ਇੱਕ ਤੇ ਫਿਰ ਮੈਂ ਲਾਨਤ ਭੇਜਣਾ ਮੇਰੇ ਬੱਚੇ ਇਸ ਤੋਂ ਬਿਹਤਰ ਕਾ ਉਹ ਵੇਖ ਇਹਦੀ ਇੱਕ ਮਿਸਾਲ ਹੈ ਕਿ ਜੌਨੀ ਲਿਵਰ ਦੀ ਬੇਟੀ ਉਹਨਾਂ ਨੂੰ ਬੜਾ ਸ਼ੌਕ ਸੀ ਸਟੈਂਡ ਅਪ ਕਮੇਡੀਅਨ ਬਣਨ ਦਾ ਪਰ ਉਹਨਾਂ ਨੂੰ ਜੌਨੀ ਲਿਵਰ ਨੇ ਡਿਸਕਰੇਜ ਕੀਤਾ ਤੇ ਫਿਰ ਉਹਦੇ ਬਾਅਦ ਉਹ ਪੜ੍ਹੇ ਲਿਖੇ ਐਮ ਬੀ ਏ ਕੀਤਾ ਨੌਕਰੀ ਕਰਨ ਲੱਗੇ ਬਟ ਇਵੈਂਚੁਅਲੀ ਨਾਉ ਸ਼ੀ ਇਜ਼ ਅ ਸਟੈਂਡ ਅਪ ਕਮੇਡੀਅਨ ਐਂਡ ਸ਼ੀ ਇਜ਼ ਰੌਕਿੰਗ ਦ ਸ਼ੋਜ਼ ਐਂਡ ਦ ਬੈਸਟ ਥਿੰਗ ਦੈਟ ਹੈਪਨਡ ਦੇਅਰ ਵਾਜ਼ ਦੈਟ ਸ਼ੀ ਵੈਂਟ ਇਨ ਟੂ ਐਜੂਕੇਸ਼ਨ ਯੈਸ ਆਪਣੀ ਐਜੂਕੇਸ਼ਨ ਮੁਕੰਮਲ ਕੀਤੀ ਹੁਣ ਇਹ ਦੇਖੋ ਨਾ ਇਹ ਬੱਚੀ ਡਿਜ਼ਾਈਨਰ ਹੈ ਹਾਂਜੀ ਐਜੂਕੇਸ਼ਨ ਲੈ ਕੇ ਉਹਨੇ ਜਿਵੇਂ ਮਰਜ਼ੀ ਸਟੈਂਡ ਅਪ ਆਰਟਿਸਟ ਬਣੇ ਜਾਂ ਜੋ ਮਰਜ਼ੀ ਕਰੇ ਬਿਲਕੁਲ ਇਹਦਾ ਮਤਲਬ ਇਹ ਹੋਇਆ ਕਿ ਅਮਾਨੁੱਲਾ ਇੱਕ ਗੈਪ ਦੇਣਾ ਚਾਹੁੰਦਾ ਸੀ ਕਿ ਮੇਰੇ ਬੱਚੇ ਪਹਿਲੇ ਪੜ੍ਹਨ ਸਾਡੀ ਟ੍ਰੈਜਡੀ ਦੇਖੋ ਨਾ ਸਾਡੇ ਮਿਊਜ਼ਿਕ ਕੰਪੋਜ਼ਰਸ ਸਾਡੇ ਐਕਟਰਸ ਆਰਟਿਸਟ ਸਿੰਗਰਸ ਬਿਲਕੁਲ ਕਮੇਡੀਅਨਸ ਸਕੂਲ ਦੀ ਸ਼ਕਲ ਨਹੀਂ ਵੇਖੀ ਹੁੰਦੀ ਅਗਰ ਇਹ ਨੌਜਵਾਨ ਸਕੂਲ ਕਾਲਜ ਯੂਨੀਵਰਸਿਟੀ ਗਿਆ ਹੁੰਦਾ ਓਏ ਹੋਏ 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 ਜੇ ਹੋ ਜਾਏ ਇੰਟੈਲੀਜੈਂਟ ਜੇ ਹੋ ਜਾਏ ਆਊਟਸਪੋਕਨ ਔਰ ਗੁੱਡ ਲੁਕਿੰਗ ਤਕਰੀਬਨ ਉਸੇ ਟਾਈਮ ਮੰਨ ਲਈ ਵੀ ਹੁੰਦੀ ਆ ਤੇ ਦੇਖੋ ਨਾ ਬਸ ਬੱਬੂ ਰਾਣਾ ਬਿਲਕੁਲ ਕੀ ਬਲਾ ਹੁੰਦਾ ਕੰਮ ਇਹ ਹੀ ਕਰਨਾ ਸੀ ਇਹਨੇ ਬਟ ਸਰ ਇਟ ਵੁੱਡ ਬੀ ਅ ਪੋਲਿਸ਼ਡ ਐਬਸੋਲੂਟ 10 ਟਾਈਮਸ ਆਈ ਵੁੱਡ ਸੇ 2000 ਟਾਈਮਸ ਅ ਬੈਟਰ ਕਮੇਡੀਅਨ ਅ ਬੈਟਰ ਪਰਫਾਰਮਰ ਨਿਖਾਰ ਆ ਜਾਂਦਾ ਹੈ ਜੀ 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 ਲੇਕਿਨ ਸਰ ਮੇਰੇ ਖਿਆਲ ਨਾਲ ਟੀਪੂ ਜਿਹੜੇ ਨੇ ਉਹ ਇਸ ਫੀਲਡ 'ਚ ਆ ਗਏ ਨੇ ਤੇ ਪ੍ਰੋਪਰ ਕੰਮ ਕਰ ਰਹੇ ਨੇ ਮੈਂ ਵੇਖੀ ਦੋ ਦਿਨ ਪਰਫਾਰਮੈਂਸਿਸ ਚੰਗੀ ਪਰਫਾਰਮੈਂਸ ਕਰ ਰਹੇ ਟੀਪੂ ਇਜ਼ ਗੁੱਡ ਔਰ ਉਹ ਸਿੰਗਰ ਹੈਗਾ ਬੜਾ ਅੱਛਾ ਆ ਕਿਸ਼ੋਰ ਨੂੰ ਬਹੁਤ ਅੱਛਾ ਗਾਉਂਦਾ ਹੈ ਮੈਂ ਵਾਲੀ ਸਾਹਿਬ ਨਾਲ ਥੀਏਟਰ ਵੀ ਕੀਤਾ ਲੰਡਨ ਯੂਰਪ ਅਸੀਂ ਬੜੇ ਟੂਰ ਕੀਤੇ ਲੋਕਲ ਵੀ ਕਰੋ ਨਾ ਨਹੀਂ ਲੋਕਲ ਮੈਂ ਨਹੀਂ ਕੀਤਾ ਅੱਛਾ ਇੱਕ ਚੀਜ਼ ਤੋਂ ਜਿਹੜਾ ਮੈਂ ਡਰਨਾ ਸਾਂ ਅੱਜ ਮੈਂ ਖੁੱਲ ਕੇ ਦੱਸਾਂਗਾ ਕਿ ਲੋਕੀ ਕੰਪੈਰੀਜ਼ਨ ਬਹੁਤ ਜ਼ਿਆਦਾ ਕਰਦੇ ਸਨ ਆਹੋ ਇੱਥੇ ਇਹ ਫਿਰ ਨਾ ਚੀਜ਼ ਬੜੀ ਮੇਰੇ ਲਈ ਹੈਗੀ ਸੀ ਕਿ ਯਾਰ ਅੱਬੂ ਦਾ ਇੰਨਾ ਨਾਮ ਔਰ ਮੈਂ ਅਗਰ ਉਸ ਤਰ੍ਹਾਂ ਦੀ ਕਾਮੇਡੀ ਨਾ ਕਰ ਸਕਿਆ ਤੇ ਕੀ ਬਣੇਗਾ ਮੈਨੂੰ ਫਿਰ ਵਾਲਿਦ ਸਾਹਿਬ ਨੇ ਕਿਹਾ ਕਿ ਨਹੀਂ ਯਾਰ ਤੂੰ ਅੱਛਾ ਗਾਣਾ ਤੂੰ ਆਪਣਾ ਸਿੰਗਿੰਗ ਦੀ ਲਾਈਨ 'ਚ ਆ ਜਾ ਵਰਨਾ ਹਨੀ ਬਾਈ ਤੇ ਮੈਂ ਸਾਡਾ ਇਕੱਠੇ ਸਟਾਰਟ ਸੀ ਅਸੀਂ ਮਰੀ ਤੋਂ ਕੀਤਾ 94 ਦੇ ਵਿੱਚ ਅਮਾਨਤ ਇੱਕ ਤੁਹਾਡਾ ਭਾਈ ਹੈ ਨਾ ਜਿਹਨੇ ਅਮਾਨ ਸਾਹਿਬ ਨਾਲ ਹੀ ਆਡਾ ਲਾ ਲਿਆ ਕਹਿੰਦਾ ਮੈਂ ਤੁਹਾਨੂੰ ਕੁਛ ਬਣ ਕੇ ਦਿਖਾਵਾਂਗਾ ਵਿੱਕੀ 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 ਫਿਰ ਕੀ ਬਣਿਆ ਛੋਟੇ ਨੇ ਬੜੀ ਸਟਰਗਲ ਕਰ ਰਿਹਾ ਵੈਸੇ ਹੁੰਦਾ ਸਰ ਇਸ ਤਰ੍ਹਾਂ ਹੀ ਹੈ ਕਿ ਜਿਨ੍ਹਾਂ ਦੇ ਪਿੱਛੇ ਬਹੁਤ ਵੱਡੇ ਨਾਂ ਹੋਣ ਉਹਨਾਂ ਦੇ ਉੱਤੇ ਲੋਕਾਂ ਦੀ ਉਮੀਦ ਬਹੁਤ ਜ਼ਿਆਦਾ ਹੁੰਦੀ ਹੈ ਬਰਗਦ ਦੇ ਥੱਲੇ ਦਰਖਤ ਨਹੀਂ ਉੱਗਦੇ ਹੁੰਦੇ ਬਰਗਦ ਐਡਾ ਵੱਡਾ ਤੇ ਥੱਲੇ ਦਰਖਤ ਨਾਮੁਮਕਿਨ ਸੇਮ ਹੈਪਨਡ ਵਿਦ ਅਮਿਤਾਬ ਬਚਨ ਐਂਡ ਅਭਿਸ਼ੇਕ ਬਚਨ ਐਵਰੀਬਾਡੀ ਕੰਪੇਅਰਸ ਹਿਮ ਵਿਦ ਅਭਿਸ਼ੇਕ ਤਾਂ ਨਾਲਾਇਕ ਸੀ ਨਾ ਬਕਾਇਦ ਪਤਾ ਕਿਉਂ ਹਾਂਜੀ ਅਗਰ ਪਿਓ ਬਹੁਤ ਵੱਡਾ ਐਕਟਰ ਹੈ ਬਹੁਤ ਵੱਡਾ ਸਿੰਗਰ ਹੈ ਕਮੇਡੀਅਨ ਹੈ ਮਸਟ ਯੂ ਆਲਸੋ ਬੀ ਦ ਸੇਮ ਐਗਜ਼ੈਕਟਲੀ ਫਿਰ ਹੋਰ ਪਾਸੇ ਟੁਰ ਜਾਓ ਔਰ ਬੀਟ ਕਰੋ ਉਹਨੂੰ ਬੀਟ ਕਰੋ ਕਿ ਇਹ ਜਿਹੜਾ ਤਾਂ ਵਿੱਕੀ ਨੇ ਕਿਹਾ ਕਿ ਲੈ ਅੱਬਾ ਹੁਣ ਮੈਂ ਤੈਨੂੰ ਕੁਝ ਬਣ ਕੇ ਵਿਖਾਵਾਂਗਾ ਉਹ ਆਪਣੀ ਫੀਲਡ 'ਚ ਯਕਤਾ ਹੋ ਜਾਏ ਯੂ ਵੁੱਡ ਬਿਕਮ ਅਨਦਰ ਅਮਾਨੁੱਲਾ ਇਸ ਤਰ੍ਹਾਂ ਇੱਕ ਫਿਲਮ ਹਿੱਟ ਹੁੰਦੀ ਤਾਂ ਸਾਰੇ ਉਸ ਤਰ੍ਹਾਂ ਦੀ ਬਣਾਉਣ ਲੱਗ ਪੈਂਦੇ ਜੀ ਜੀ ਜਿਹੜਾ ਟੌਪਿਕ ਹਿੱਟ ਹੋ ਜਾਂਦਾ ਉਹਦੇ ਪਿੱਛੇ ਲੱਗ ਜਾਂਦੇ ਨੇ ਡਰਾਮੇ ਜਿਸ ਤਰ੍ਹਾਂ ਸਾਡੇ ਡਰਾਮੇ ਜਿੰਨੇ ਤਲਾਕਾਂ ਜਿੰਨੀਆਂ ਬਹੁਤੀਆਂ ਨੇ ਉਹ ਬਿਹਤਰੀਨ ਪਰ ਇਹਦੇ ਬਾਰੇ ਤਾਂ ਦੋ ਲਫ਼ਜ਼ ਕਹੋ ਨਾ ਜਿਹੜੇ ਪਾਕਿਸਤਾਨੀ ਡਰਾਮਿਆਂ 'ਚ ਅੱਜ ਕੱਲ੍ਹ ਇੱਕੋ ਗੱਲ ਚੱਲ ਰਹੀ ਹੈ ਇਹ ਤਾਂ ਤੁਹਾਨੂੰ ਕਹਿਣਾ ਚਾਹੀਦਾ ਮੈਂ ਕਿਉਂਕਿ ਦੇਖਦਾ ਨਹੀਂ ਮੈਂ ਇਸ ਲਈ ਨਹੀਂ ਕਹਿ ਰਿਹਾ ਅਦਰਵਾਇਜ਼ ਤੁਹਾਨੂੰ ਪਤਾ ਹੈ ਮੈਂ ਕਿੱਡਾ ਆਊਟਸਪੋਕਨ ਹੈਗਾ ਗੁਲਫਾਮ ਹੈ ਸਟੇਜ ਦਾ ਅਦਾਕਾਰ ਹਾਂ ਮੈਂ ਜਾਣਦਾ ਇੱਕ ਦਿਨ ਅਮਾਨ ਸਾਹਿਬ ਨੂੰ ਕਹਿੰਦਾ ਬਾਬਾ ਜੀ ਤੁਹਾਡੀ ਦੁਆਵਾਂ ਨਾਲ ਮੈਂ ਡਾਇਰੈਕਟ ਕਰ ਰਿਹਾ ਇਹ ਤੁਹਾਡੀਆਂ ਦੁਆਵਾਂ ਨੇ ਹਾਂ ਸਭ ਕਹਿੰਦੇ ਮੈਨੂੰ ਕਸਮ ਚੁਕਾ ਲੈ ਜੇ ਮੈਂ ਦੁਆ ਕੀਤੀ ਇਸ ਗੱਲ ਦਾ ਮਜ਼ਾ ਉਹ ਹੀ ਲੈ ਸਕਦਾ ਜਿਹਨੇ ਗੁਲਫਾਮ ਨੂੰ ਵੇਖਿਆ ਹੋਵੇ ਮਤਲਬ ਕਹਿੰਦੇ ਪਹਿਲੇ ਬੇਟਾ ਮੇਰੇ ਪੁਰਾਣੇ ਸਕ੍ਰਿਪਟ ਦੇਖ ਸ਼ਰਤੀਆਂ ਮਿੱਠੇ ਟੋਪੀ ਡਰਾਮਾ ਬਸ਼ੀਰਾ ਟ੍ਰਬਲ ਸਮਝ ਗਿਆ ਕਹਿੰਦਾ ਹਾਂਜੀ ਕਹਿੰਦੇ ਮੇਰਾ ਕੰਮ ਸੀ ਤੈਨੂੰ ਸਮਝਾਉਣਾ ਅੱਗੋਂ ਤੇਰੀ ਮੌਤ ਹੈ ਮਾਨ ਸਾਹਿਬ ਜਦੋਂ ਹਸਪੀਟਲ ਦਾਖਲ ਸੀ ਮੈਂ ਪਤਾ ਲੈਣ ਗਿਆ ਮੈਂ ਬੈਠਾ ਤੇ ਅੱਤ ਫਸਲਮ ਆ ਗਿਆ ਉਹਨੇ ਨਿੱਕਰ ਤੇ ਸ਼ਰਟ ਪਾਈ ਉਹਨੇ ਬਸ ਕੈਜੂਅਲ ਜਿਹਾ ਉਹਦਾ ਗੈਟਅਪ ਜੋ ਸਾਰੇ ਮੰਮੀ ਡੈਡੀ ਮੰਮੀ ਡੈਡੀ ਮਾਨ ਸਾਹਿਬ ਕਹਿੰਦੇ ਯਾਰ ਅੱਲਾ ਦਾ ਬੜਾ ਕਰਮ ਹੈ ਤੇਰੇ 'ਤੇ ਇਸ ਵੇਲੇ ਹੈ ਲੱਖਾਂ ਰੁਪਈਏ ਕਮਾ ਰਿਹਾ ਤੂੰ ਅਤੇ ਭੈਣਿਆ ਕੋਈ ਜੇਬ ਵਾਲਾ ਸੂਟ ਪਾ ਕੇ ਆਈਦਾ ਹੁੰਦਾ ਵਾਹ 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 ਦੇਖੇ ਮੈਸੇਜ ਕਿਹਾ ਤਾ ਇਸ ਸਰ ਪਹਿਲੇ ਗੱਲ ਹੋ ਰਹੀ ਸੀ ਮੇਰੇ ਲਈ ਇਹ ਬੜੀ ਓਨਰ ਦੀ ਗੱਲ ਹੈ ਮੈਨੂੰ ਉਹ ਥੋੜ੍ਹਾ ਜਿਹਾ ਇਨਕਰੇਜ ਕਰਦੇ ਹੁੰਦੇ ਸੀ ਉਹ ਟੱਦੂ ਅਸੀਂ ਕਾਲਜ ਦੇ ਪ੍ਰੋਗਰਾਮ 'ਤੇ ਗਏ ਅਤੇ ਅਮਾਨ ਸਾਹਿਬ ਨੂੰ ਉਹਨਾਂ ਨੇ ਅਨਾਊਂਸਮੈਂਟ ਕੀਤੀ ਉੱਪਰ ਗਏ ਅਤੇ ਉਹਨਾਂ ਦਾ ਸਾਹ ਉਖੜ ਗਿਆ ਜਾਂਦਿਆਂ ਨਾਲ ਅਤੇ ਉੱਪਰ ਪਹੁੰਚਦੇ ਹੀ ਉਹਨਾਂ ਨੇ ਜੀ ਮੈਂ ਵੀ ਨਾਲ ਗਿਆ ਸੀ ਕਹਿੰਦੇ ਜੀ ਮੇਰਾ ਬੇਟਾ ਹੈ ਬੜੀ ਅੱਛੀ ਕਾਮੇਡੀ ਕਰਦਾ ਹੈ ਬੜੀ ਅੱਛੀ ਬਾਤ ਕਰਦਾ ਹੈ ਮੈਂ ਉਸੇ ਬੁਲਾਤਾ ਹੂੰ ਮੈਂ ਉੱਪਰ ਜਾ ਕੇ ਮੈਂ ਗਿਆ ਹਸਬ ਖੈਰ ਹੈ ਕਹਿੰਦੇ ਮੇਰਾ ਸਾਹ ਉਖੜ ਗਿਆ ਮੈਂ ਉਹਨਾਂ ਦੇ ਇਨਹੇਲਰ ਯੂਜ਼ ਕਰਨਾ ਅਤੇ ਕੁਛ ਵੀ ਕਰ 5 ਮਿੰਟ ਗੁਜ਼ਾਰ ਮੈਂ ਉਹਨਾਂ ਦੇ ਸਾਹਮਣੇ ਉਹਨਾਂ ਦਾ ਜੱਗਾ ਸ਼ੁਰੂ ਕਰ ਲਿੱਤਾ ਬਾਅਦ 'ਚ ਮੈਨੂੰ ਕਹਿੰਦੇ ਯਾਰ ਇਹ ਕੰਮ ਕਰਿਆ ਕਰ ਸਾਰੀ ਦੁਨੀਆ ਘੁੰਮ ਲਏਗਾ ਨੌਕਰੀਆਂ 'ਚ ਕੁਛ ਨਹੀਂ ਰੱਖਿਆ ਜੱਗਾ ਕੀ ਹੁੰਦਾ ਜੱਗੇ ਦਾ ਸਰ ਮੈਂ ਲੈਜੰਡ ਜੰਡੋਰਾ ਬਾਰ ਦਾ ਇਹਦੀ ਕੈਸੀ ਛਾਂ ਬਣੀ ਇਹਦੀਆਂ ਕੋਰਾਂ ਨਾਲ ਜ਼ਮੀਨ ਤੇ
इत्थे पैंदी नहीं कनी क्यों तू पैरी कोड़ी मारिए साहबा क्यों तू पैरी कोड़ी मारिए केड़ी सिर ते सोड़ बनी तेनू ले जावा दिन डिगरे तेनू ले जावा दिन डिगरे ले जावा दिन डिगरे नी तू दाना बाद वड़ी जटायो हो यार भैया बढ़ के लिया वाहिद जोड़ी सी थिएटर दी दुनिया च जिवें मौला जट और नूरी नाथ दी जोड़ी सी नशीला साहब फौत हो गया है उन्होंने भी एक ड्रामा किया नूरी नाथ का रोल किया बड़ा अच्छा कितने मिले ने 20 साल बाद पैरोडी किया उन्होंने हाँ जी 20 साल बाद मिले मान साहब महल्ले च ना गाजियाबाद कहता दस मान लै कैसा रोल किया मैं नूरी नाथ का कहता ऐसा रोल फिर वेख ला उस तो बाद चल सो खलो लभरा च एक बुजुर्ग बुजुर्ग जहाँ फनकार मान साहब कह रहे मान ला तेन याद है फलाना सी यार कहते थानू जो याद है तो मैनू नहीं होगा अच्छा जी कोई ऐसी गल दसो जी बिल्कुल नवेकली हो क्या वाकई ठंडे पानी तो डरते होंगे सर इतने अदाकारी करते होंगे बहुत डरते सर हाँ मतलब है कि महसूस होंगे एक बार ऐसी गए सुख चैन स्विमिंग करने वास्ते पानी च हाथ मारी कर देने ए, मौला मौला याली याली कर निकल इधरों करेले गोश भी बने ने ना अगर देसी मुर्गा बने काली मिर्च उन्होंने चने बारों जरूर लेके आने मसला मैं समझना एडिक्शन और समझ सकता है जिन्हें तूबा दे चने और तूबा अच्छे वक्ता दा अच्छा जी नॉट टुडेज तूबा 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 उस वे तूबा 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 सी अच्छा सर शो दे विच असी एक गल बड़ी कर दे सन के मानुला साहब खांदे बहुत ने ए सच सी बिल्कुल सच बिल्कुल मतलब मैं एक दिन उन्होंने नु इधर स्टूडियो छड़न आ रहे थे घरों निकले असी पैरागॉन तो ते चने दी प्लेट लेती उन्होंने उठो पैरागॉन रोड तो अच्छा जी इधर आके तो फिर चने ले ले मैं कह जी ये की कर रहे हो कहते बेटा रिकॉर्डिंग इन्नी लेट शुरू होती मैं चार दफा खाना खा लैंदा मतलब चनिया के मामले च बड़ा उन्हों का फेवरेट फूड से चने अच्छा रोटी नहीं खा रहे होते सन लुक लुक के ताडे को छुपा के बिस्किट अच्छा मैंने पता होता सी कि हुन इन्होंने मुंह च बिस्किट पाया है ए बिस्किट पा के नहीं और नाल कानी अक्कर के मैं देखते रहते बिस्किट पाया मैंने जिथे मैं फ्रिफ्त हो जाता सर यकीन करो जी हाँ हरकत जफर साहब भी करते हैं मेरा स्क्रैबल खेडते सन तो मेरिया अखा के सामने और बुजुर्गान महसूस करते हैं कि असी बिल्कुल बहुत ही इडियट ये मेरे सामने वो चेंज कर रहे हैं टायल जड़ी ना बिचों कट के पोटली दे बिचों अपनी वेख के ना फजूल जी टायल सट रहे हैं और उन्हें जो एक नमी कट के पहले पसंद की थी फिर रखी हूँ मैं नाल पढ़ रहे हैं शो कर रहे हैं लेकिन एनक दे उत्तों मैं देख लेंदा हूँ दसा ऐवें इन्हां ते नज़र अब मेरा आम तौर ते फोकस मेरा फोकस अमानुल्लाह ते हुंदा सी अमानुल्लाह बोल पिया सवाल किया मैं भी ऐसा सैडिस्ट कई दफा मैं आप बताए कि आपने क्या मैं कहता था तौबा की थी तुसी कसम चुकी थी कि जिन देर तक सेगमेंट खत्म नहीं होता मैं नहीं खाऊंगा नहीं खावांगा तो बस बस अच्छा सरगुण तुसी कोई ऐसा मोमेंट शेयर करो साडे नाल जड़ा बड़ा स्पेशल होया मानुल्लाह साहब एक बारी मैं ना ड्राइव ते मैं कहया चलो आज मौसम चंगा तो कोई चक्कर चुक्कर ला के आने ते असी आए हां ते हुन मान साहब की करदे पए ने एक बाइक वाला मेरे कोलो लंघिया ते ओए ध्यान करी ओए की हो गया ओ विच बजेगा ये भी मैं सुनी है कि 40 तो उत्ते गड्डी नहीं चला नहीं 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 सवाल ही नहीं पैदा होता सवाल जब सर ये यानी कि ये चीज भी केयर च आ जंदी है ए आलम सी केयर दा के आखरी वक्तां च अस्पताल च
थक ना जाई मेरे कोल आ जा ते आप आईसीयू च ने कुछ खादा है नहीं यहाँ से नहीं कुछ मिलता बाहरों ऑर्डर कर लै कुछ मंगा लै ऐ आलम सी के वेंटिलेटर ते गल नहीं कर पा रहे ते इशारा ऐ केयर दा आलम सी बच्चियां बच्चियां दे बगैर कदी रहे नहीं शो दे डायरेक्टर चिड़दे सन के अमानुल्ला साहब बस कर दियो हर वल बच्चे छड़ दियो नहीं यार मेरे बच्चे ने की हो गया 14 ते बच्चे ने मेरे सरगुण सब तो छोटी सी इहदे नाल बहुत प्यार करदे सी एक जगह ते मैं ते इकट्ठे गए सी ਉਹ ਸਰ ਨੇ ਕੁਰੈਕਸ਼ਨ ਕੀਤੀ ਹੈ ਆਫਤਾਬ ਸਾਹਿਬ ਨੇ ਕਿ ਜ਼ਰਗੂਨ ਅਤੇ ਜ਼ਰਗਾਨ ਉਹ ਡਿਫਰੈਂਸ ਹੈ ਜ਼ਰਗੂਨ ਦਾ ਨਾਮ ਜਿਹੜਾ ਉਹਨਾਂ ਦੀ ਅੰਡਰਸਟੈਂਡਿੰਗ ਹੈ ਸੀ ਸਟੋਨ ਦਾ ਨਾਮ ਹੈ ਇੱਕ ਬੰਦਾ ਕਹਿੰਦਾ ਮਾਸ਼ਾਅੱਲਾ ਬੇਟਾ ਬੇਟੀ ਨੇ ਮਾਨ ਸਾਹਿਬ ਹਾਂਜੀ ਜੀ ਅੱਲਾਹ ਦਾ ਮਾਲ ਹੈ ਐ ਇਹ ਜ਼ਰਗੂਨ ਹੈ ਜੀ ਅਤੇ ਮੇਰੇ ਵੱਲ ਇਸ਼ਾਰਾ ਕੀਤਾ ਅਤੇ ਕਹਿੰਦਾ ਇਹ ਕਹਿੰਦੇ ਸਿਆਹ ਕੀ ਕਿ 24/7 ਲਾਫਟਰ ਬੜੀ ਗੱਲ ਹੈ ਜੀ ਜ਼ਰਗੂਨ ਸੇ ਤਾਂ ਬਹੁਤ ਮੁਹੱਬਤ ਹੋ ਗਈ ਉਹਨਾਂ ਜੀ ਬਹੁਤ ਸਭ ਤੋਂ ਛੋਟੀ ਹੈ ਇਹ ਸਭ ਤੋਂ ਛੋਟੀ और उसके साथ वो सबसे बड़ा सर लास्ट क्योंकि इंतहा पसंद सी वो बंदा दो इंतहा वाते एक्सट्रीमिस्ट अवारत भाई नु मजाक भी बहुत करदे सी कहंदे यार माने तन्नू वो वाकया याद है 83 वाला फलानी जगह ते मानत भाई कहंदे जी अब्बू याद है कहंदे माशाल्लाह माशाल्लाह मेरा इतना पुराना बेटा मेनू कभी कभी लगता मेरे तो 7 साल बड़ा है ज़रगून ने इतना प्यार करदे सी इनू याद नहीं ए छोटी होंदी सी ना थिएटर आंदी सी पीछे ते ए रोंदी होंदी सी मैंने वही वाली आइसक्रीम लेनी है मैंने वही वाली आइसक्रीम लेनी ओ एवी बिक्री कर दे ओ बाकी ये ना दे आइटम वही वाली अच्छा ए छोटे होंदे सी होंदी सी मैं इस तरह से करती होनी सा बचपन से वो आइटम बना लेती मैंने वही वाली आइसक्रीम लेनी है मैंने वही वाली गरीबा का बच्चा होता है वाह अम्मा मैं संडा लेना है संडा बेच के दे अब्बा ले सीसल महफिल थिएटर तो बाहर निकले थे एक बंदा ना और नकली फकीर बन के ना बड़े अजीब अपने हाथ करके दे मान साहब दे कोल है रिंगदा होया खान साहब ने बड़ा तरस आया उन्होंने फौरन 500 का नोट दिता असी गड्डी ते निकले एक बंदा बाइक ते पिछे साडे दौड़िया उन्हें पीटीवी दे कोल सानू रोक लिया उन्हें कहा मान साहब वेख लो तुसीं फकीरां नू खराब कर दिओ पिछे चलो मेरे नाल देखो बंदा की कर रहा कहिंदे यार छड्ड यार मैं शो तो थक्या कहिंदे एक मिनट आओ वो वापस आए नहीं तो देखा वो बंदा सामने पान शॉप से खलो के बोतल पी रहा है अच्छा हूँ वो नज़र मान साहब से पै गई कि हूँ मैंने मारन के आके 500 दिता तो कोल जाके कहते वाह 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 यार तू तो अपने काम का दिलीप कुमार है मैंने भी नहीं पता चलन दिता इसे गल दे नाल क्लिप वाल ना चलिए सर हाँ जी क्लिप दिखाओ जी क्लिप देखने कन्न खाई जाने क्यों जी वैसा तुम तो क्रॉस फैलो जे तुम सेहतमंद क्यों नहीं हो तो परौंठा अचार वाला ये खा जाते सन ਇਹ ਉਹਰੀਆਂ ਮਾਈਆਂ ਦਾਣੇ ਪੁੰਦੇ ਆ ਪੱਠੀ 'ਚ ਵੀ ਡਿੱਗ ਤੇਰੇ ਵਰਗੇ ਦਾਣੇ ਕਿਸੇ ਦੇ ਪੁੱਜਣ ਦੇ ਆਪ ਐਵੇਂ ਖਲੋਤੇ ਨੇ ਕੁੱਜਾ ਤੇ ਮਾਰ ਦੇ ਕੀਮਤੀ ਮਸ਼ਵਰਾ ਹੈ ਜੀ ਇਸ ਬੰਦੇ ਕੇ ਸਾਥ ਮੱਥਾ ਨਾ ਲਗਾ ਇਹੋ ਜਿਹੇ ਬੰਦੇ ਵਿਆਹ ਤੇ ਜਾ ਕੇ ਅਗਲੇ ਦਾ ਖੜੇ ਕੀ ਸ਼ਡਿਊਲ ਹੈ ਜ਼ਰਦਾ ਵੀ ਨਾ ਤਕਸੀਮ ਕਰਨਾ ਕੋਰਮਾ ਜ਼ਿਆਦਾ ਕਿਉਂ ਸੁਰਖ ਹੈ ਵੀ ਉਹਨੇ ਲਾਲ ਮਿਰਚਾਂ ਪਾਈਆਂ ਪਿੰਡਾਂ ਦੇ ਲੋਕ ਨੇ ਉਹ ਕਾਲੀ ਮਿਰਚ ਵਾਲਾ ਆਪਣਾ ਵੱਖਰਾ ਘਰੋਂ ਲੈ ਕੇ ਆਇਆ खान साहब ये बताइए इस सेहत का माशाल्लाह राज क्या है उकरला जी बस तुहाडे तो दूरी दा फैज है अभी हाथ थले दूर चले गए ते अल्लाह ने बचा ली कुछ जिंदगी ये तुहाडे हाथ थले ते ओ बैठे जिन्नू मां दी या दादी दी बददुआ है उतर जा रावी ना गुआवी ना गुजावी जा मेरे आ बच्चिया या मेरे आ पुत्रो ऐसे इलाके च रहंदे ने ए दरिया है नाल ही पिंड है जेड़ी चीज उस रुड़ के आनी है इन्हां दी मरी माझ भी चोल लेंगे उतो की खल ला के महंगी बेचते हैं अगले चक्कर दे देना ये मरी माझ की खल है बल्कि पीरा नहीं माझ झुड़ के आई है वड्डे पीर साहब की माझ है तो मरी गई है तू लैनी है या मुड़ मैं तेन पावा लम्या आपको पता है कि वो मेरा कुत्ता जिसे आप झुकते करते थे फौत हो गया उन्होंने भी हस के कहना है तुम्हें भाई फौत हो गया इन्नी तो समझ कि मुहब्बत करता सी ਉਹਦੇ ਆਰਾਮ ਨਾਲ ਉਹ ਬਹੁਤ ਹੋ ਗਿਆ ਉਹਦਾ ਕੋਈ ਪਿੱਛੇ ਅੱਗੇ ਪਿੱਛੇ ਉਹਦੇ ਬੀਵੀ ਬੱਚੇ ਹੋਣ ਇਹਨੂੰ ਰਾਹ ਪਾ ਦੇਣ ਦੇਖੋ ਡਫੀ ਦੇ ਬਾਰੇ ਚ ਕਿਆ ਸ਼ਾਨਦਾਰ ਗੱਲਾਂ ਮੈਨੂੰ ਯਾਦ ਹੈ ਕੋਈ 5-7 ਸਾਲ ਪਹਿਲੇ ਡਫੀ ਦੀ ਸ਼ਾਨ ਵਿੱਚ ਮੌਸੂਫ ਨੇ ਗੁਸਤਾਖੀ ਕੀਤੀ ਕਿ ਇਹ ਕੁੱਤਾ ਦੇਖੋ ਬੜੀ ਤਾਰੀਫ ਕਰਦਾ ਹੈ ਮੇਰਾ ਡਫੀ ਬੜਾ ਹਸੀਨ ਔਰ ਡਫੀ ਵਾਕਈ हसीन लैब्राडोर नहीं सी हसीन तरीन लैब्राडोर मैं आज तक इन्ना हसीन लैब्राडोर देखे ही नहीं तो कहता वजह स्कूटर का मुंह तो तीनों हजरात इसे गल दे नाल तुहाडे कोलों इजाजत चाहवांगे तुहानू मिलांगे अगले अमानियात अपना बहुत सारा ख्याल रखो अल्लाह हाफिज़